ਰੱਖਿਆ ਮੰਤਰੀ ਰਾਜਨਾਥ ਸਿੰਘ ਚੇਨਈ ਵਿੱਚ ਭਾਰਤੀ ਤੱਟ ਰਖਕ ਦੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦਾ ਉਦਘਾਟਨ ਕਰਨਗੇ ਇਹ ਐਮਰਜੈਂਸੀ ਦੀ ਸਥਿਤੀ ਵਿੱਚ ਕੇਂਦਰ ਤੁਰੰਤ ਕਾਰਵਾਈ ਕਰਨ ਵਿੱਚ ਮਦਦ ਕਰੇਗਾ ਰਾਜਨਾਥ ਸਿੰਘ ਚੇਨਈ بندرਗਾਹ ਤੇ ਸਮੁੰਦਰੀ ਪ੍ਰਦੂਸ਼ਣ ਵਿਰੋਧੀ ਐਕਸ਼ਨ ਸੈਂਟਰ ਦਾ ਉਦਘਾਟਨ ਵੀ ਕਰਨਗੇ ਇਹ ਕੇਂਦਰ ਤਟਵਰਤੀ ਖੇਤਰਾਂ ਦੇ ਸਮੁੰਦਰੀ ਪਾਣੀ ਵਿੱਚ ਤੇਲ ਅਤੇ ਰਸਾਇਣਕ ਫਲਾ ਨਾਲ ਨਿਪਟਣ ਵਿੱਚ ਵਿਸ਼ੇਸ਼ ਤੌਰ ਤੇ ਮਦਦ ਕਰੇਗਾ ਰਾਜਨਾਥ ਸਿੰਘ ਪੁਡੂਚੇਰੀ ਵਿੱਚ ਕੋਸਟ ਗਾਰਡ 에ਅਰ ਐਂਕਲੇਵ ਦਾ ਵੀ ਉਦਘਾਟਨ ਕਰਨਗੇ ਉਹ ਤਾਮਿਲਨਾਡੂ ਦੇ ਮਰਹੂਮ ਮੁੱਖ ਮੰਤਰੀ ਐਮ ਪਰਨਾਨੀ ਦੀ ਜਨਮ ਸ਼ਤਾਬਦੀ ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ